सर्वशक्तिमान पिता परमेश्वर असीं तुहाडा धन्नवाद 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 तुहाडी महिमा ते वडियाई करदे हां मेरे पिता परमेश्वर जी। तुहाडी हजूरी दे विच आउंदे हां मेरे पिता परमेश्वर जी। प्रभु शुक्रगुजारी दीआं भेटां चढ़ाउंदे हां मेरे पिता परमेश्वर जी। तुसीं रात भर संभाल के रखिआ, नवां दिन साडीआं जिंदगीआं विच बख्शिआ मेरे प्रभु जी। तुसीं सानूं इक नवां मौका दित्ता मेरे पिता परमेश्वर जी कि असीं अपणे उहनां रहिंदे कम्मां नूं पूरियां कर सकीए जिहड़े तुसीं सानूं बख्शे आ मेरे पिता परमेश्वर जी। प्यारे प्रभु जी, असीं शुक्रगुजारी दीआं भेटां चढ़ाउंदे हां मेरे पिता परमेश्वर कि तुसीं इन्ना तरस कीता साडे उत्ते कि एक दिन होर सानूं दे दित्ता मेरे पिता परमेश्वर जी। साडियां गलतियां सुधारन दे लई तुसीं सानूं एक मौका होर दे दित्ता मेरे पिता परमेश्वर जी। असीं तुहाडे नेड़े आ सकीए, सानूं एक मौका होर दे दित्ता मेरे प्रभु। असीं तुहाडा धन्नवाद करदे मेरे पिता परमेश्वर जी। प्यारे प्रभु जी, असीं प्रार्थना करदे मेरे पिता परमेश्वर जी। अज दे दिन विच मेरे पिता परमेश्वर जी, असीं तुहाडी आवाज़ नूं सियाणीए मेरे प्रभु, तुहाडी इच्छा नूं जाणीए और उस इच्छा नूं पूरियां करिए, उस आवाज़ दे अनुसार चलण दी कोशिश करिए मेरे प्रभु जी। पिता परमेश्वर जी, पवित्र आत्मा जी दे वसीले सारे कम्मां दे विच साडी अगवाई करो मेरे पिता परमेश्वर जी। प्यारे प्रभु, असीं अपनी बुद्ध दे नाल नहीं पर मेरे पिता परमेश्वर तुहाडे बख्शे पवित्र आत्मा दी बुद्ध दे नाल असीं उहनां नेक राहां ते चल सकदे हां जिहड़े राहां ते चलदे हां तुसीं सानूं वेखणा चाहुंदे हो। पिता परमेश्वर जी, धर्म दे मार्गां दे विच साडी अगवाई करो मेरे पिता परमेश्वर जी। ਹਨੇਰੇ ਦੇ ਵਿੱਚੋਂ ਮੇਰੇ ਪ੍ਰਭੂ ਤੁਸੀਂ ਸਾਨੂੰ ਕੱਢਿਆ ਅਤੇ ਚਾਨਣ ਦੇ ਵਿੱਚ ਲੈ ਆਏ ਮੇਰੇ ਪਿਤਾ ਪਰਮੇਸ਼ੁਰ ਜੀ। ਹੁਣ ਕਿਰਪਾ ਕਰੋ ਕਿ ਇਹ ਚਾਨਣ ਸਾਡੇ ਉੱਤੇ ਚਮਕੇ ਮੇਰੇ ਪਿਤਾ ਪਰਮੇਸ਼ੁਰ, ਅਸੀਂ ਦੁਨੀਆ ਦਾ ਚਾਨਣ ਬਣ ਜਾਈਏ। ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਸੀਂ ਦੁਨੀਆ ਦਾ ਚਾਨਣ ਹੋ, ਤਾਂ ਪ੍ਰਭੂ ਹੁਣ ਉਹ ਚਾਨਣ ਸਾਡੇ ਉੱਤੇ ਉਜਾਗਰ ਹੋ ਜਾਵੇ ਔਰ ਸੱਚਮੁੱਚ ਦੁਨੀਆ ਜਾਣੇ ਕਿ ਪਰਮੇਸ਼ੁਰ ਨੂੰ ਚਾਹੁਣ ਵਾਲਿਆਂ ਦੇ ਨਾਲ ਪਰਮੇਸ਼ੁਰ ਦਾ ਹੱਥ ਆ। ਪ੍ਰਭੂ ਤੁਹਾਡਾ ਹੱਥ ਸਾਡੇ ਨਾਲ ਨਜ਼ਰ ਆਵੇ ਮੇਰੇ ਪਿਤਾ ਪਰਮੇਸ਼ੁਰ ਜੀ। ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਹੋਵੇ ਮੇਰੇ ਪਿਤਾ ਪਰਮੇਸ਼ੁਰ ਜੀ। ਪਿਆਰੇ ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਡੇ ਉੱਤੇ ਤੁਹਾਡਾ ਮਸਾ ਦਿਨੋਂ ਦਿਨ ਵੱਧਦਾ ਜਾਂਦਾ ਹੈ ਮੇਰੇ ਪ੍ਰਭੂ ਜੀ। ਪਿਤਾ ਪਰਮੇਸ਼ੁਰ ਜੀ, ਅਸੀਂ ਯਕੀਨ ਕਰਦੇ ਹਾਂ ਤੁਹਾਡਾ ਅਨੁਗ੍ਰਹਿ ਸਾਡੇ ਉੱਤੇ ਦਿਨੋਂ ਦਿਨ ਵੱਧਦਾ ਜਾਂਦਾ ਹੈ ਔਰ ਸੱਚਮੁੱਚ ਮੇਰੇ ਪਿਤਾ ਪਰਮੇਸ਼ੁਰ ਜੀ, ਤੁਸੀਂ ਪਿਤਾ ਪਰਮੇਸ਼ੁਰ ਆਪਣੇ ਰਹਿਮ ਦੇ ਸਦਕਾ ਮੇਰੇ ਪਿਤਾ ਪਰਮੇਸ਼ੁਰ ਜੀ, ਆਪਣੇ ਫਜ਼ਲ ਦੇ ਨਾਲ, ਆਪਣੀ ਕਿਰਪਾ ਦੇ ਨਾਲ ਸਾਨੂੰ ਸੰਭਾਲੀ ਜਾਂਦੇ ਹਾਂ ਮੇਰੇ ਪ੍ਰਭੂ ਜੀ। ਮੇਰੇ ਪਿਤਾ ਪਰਮੇਸ਼ੁਰ, ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਮੇਰੇ ਪਿਤਾ ਪਰਮੇਸ਼ੁਰ। ਤੁਸੀਂ ਆਪਣੇ ਹੱਥ ਦੇ ਨਾਲ ਸਾਡੀ ਰੱਖਿਆ ਕਰੋ ਮੇਰੇ ਪਿਤਾ ਪਰਮੇਸ਼ੁਰ ਜੀ। ਤੁਹਾਡਾ ਹੱਥ ਪਿਤਾ ਪਰਮੇਸ਼ੁਰ ਸਾਨੂੰ ਵੈਰੀ ਦੀ ਹਰ ਚਾਲ ਤੋਂ ਬਚਾਉਂਦਾ ਆ, ਸਾਨੂੰ ਵੈਰੀ ਦੇ ਹਰ ਜਾਲ ਤੋਂ ਬਚਾਉਂਦਾ ਆ, ਬਹੇਲੀਏ ਦੇ ਜਾਲ ਤੋਂ ਬਚਾਉਂਦਾ ਆ। ਉਹ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਤੁਸੀਂ ਸਾਡੇ ਮਨੋਰਥਾਂ ਨੂੰ ਜਾਣਦੇ ਹਾਂ। ਵਚਨ ਦੇ ਵਿੱਚ ਲਿਖਿਆ, ਆਪਣੇ ਰਾਹਾਂ ਨੂੰ ਯਹੋਵਾ ਦੇ ਗੋਚਰਾ ਕਰ ਅਤੇ ਉਹ ਤੇਰੇ ਸਾਰੇ ਮਨੋਰਥਾਂ ਨੂੰ ਪੂਰੀਆਂ ਕਰੂਗਾ। ਪਿਤਾ ਪਰਮੇਸ਼ੁਰ ਜੀ, ਜੋ ਕੁਛ ਸਾਡੇ ਮਨਾਂ ਦੇ ਅੰਦਰ ਚੱਲਦਾ ਆ ਮੇਰੇ ਪ੍ਰਭੂ, ਉਹ ਸਾਰੀਆਂ ਚੀਜ਼ਾਂ ਤੁਹਾਡੀ ਹਜ਼ੂਰੀ ਦੇ ਵਿੱਚ ਰੱਖਦੇ ਆ ਮੇਰੇ ਪ੍ਰਭੂ ਜੀ। ਉਹਨਾਂ ਦੇ ਵਿੱਚੋਂ ਚੰਗੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਸੰਦ ਆਉਣ, ਜਿਨ੍ਹਾਂ ਦੇ ਵਿੱਚ ਤੁਹਾਡੀ ਇੱਛਾ ਹੈ ਮੇਰੇ ਪਿਤਾ ਪਰਮੇਸ਼ੁਰ, ਉਹ ਚੰਗੀਆਂ ਚੀਜ਼ਾਂ ਸਾਡੇ ਜੀਵਨ ਦੇ ਵਿੱਚ ਪੂਰੀਆਂ ਹੋ ਜਾਣ ਮੇਰੇ ਪ੍ਰਭੂ ਜੀ। ਤੁਸੀਂ ਮਨੋਰਥਾਂ ਨੂੰ ਪੂਰੀਆਂ ਕਰਨ ਵਾਲੇ ਪਰਮੇਸ਼ੁਰ ਆ ਮੇਰੇ ਪ੍ਰਭੂ ਜੀ। ਮੇਰੇ ਪਿਆਰੇ ਪ੍ਰਭੂ ਜੀ, ਵੈਰੀ ਦਾ ਕੋਈ ਵੀ ਮਨੋਰਥ ਸਾਡੀ ਜ਼ਿੰਦਗੀ ਦੇ ਵਿੱਚ ਪੂਰਾ ਨਾ ਹੋ ਸਕੇ ਮੇਰੇ ਪਿਤਾ ਪਰਮੇਸ਼ੁਰ, ਪਰ ਉਹੀ ਚੀਜ਼ਾਂ ਪੂਰੀਆਂ ਹੋਣ ਮੇਰੇ ਪ੍ਰਭੂ ਜੀ, ਜਿਨ੍ਹਾਂ ਦੇ ਵਿੱਚ ਤੁਹਾਡੀ ਮਰਜ਼ੀ ਸ਼ਾਮਲ ਆ ਮੇਰੇ ਪਿਤਾ ਪਰਮੇਸ਼ੁਰ। ਮੇਰੇ ਪ੍ਰਭੂ ਜੀ, ਸਾਡੀ ਆਸ ਤੁਹਾਡੇ ਉੱਤੇ ਆ ਮੇਰੇ ਪਿਤਾ ਪਰਮੇਸ਼ੁਰ ਜੀ, ਸਾਡਾ ਵਿਸ਼ਵਾਸ ਤੁਹਾਡੇ ਉੱਤੇ ਆ ਮੇਰੇ ਪਿਤਾ ਪਰਮੇਸ਼ੁਰ, ਔਰ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਡੋਲਣ ਨਹੀਂ ਦਿੰਦੇ ਮੇਰੇ ਪ੍ਰਭੂ। ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ੁਰ ਜੀ। ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ, ਹਰ ਉਹ ਵੈਰੀ ਜਿਹੜਾ ਸਾਡੇ ਅਗੇਂਸਟ ਖੜਾ ਹੁੰਦਾ ਆ ਪ੍ਰਭੂ, ਤੁਹਾਡਾ ਹੱਥ ਉਹਨੂੰ ਪਿਤਾ ਪਰਮੇਸ਼ੁਰ ਸਾਤੋਂ ਪਿੱਛੇ ਰੱਖਦਾ ਆ, ਤੁਹਾਡਾ ਦੂਤ ਉਹਨੂੰ ਧੱਕਾ ਮਾਰੀ ਜਾਂਦਾ ਅਤੇ ਸਾਤੋਂ ਬਹੁਤ ਦੂਰ ਜਾ ਕੇ ਸਿੱਟ ਦਿੰਦਾ ਆ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ੁਰ, ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਕਿਸੇ ਵੀ ਤਰੀਕੇ ਦੀ ਭੌਜਲ ਦੇ ਵਿੱਚ ਨਹੀਂ ਪੈਣ ਦਿੰਦੇ ਮੇਰੇ ਪ੍ਰਭੂ ਜੀ, ਤੁਸੀਂ ਉਹਨਾਂ ਨੂੰ ਨਾਸ਼ ਹੋਣ ਤੋਂ ਬਚਾਉਂਦੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ। ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਡੇ ਉੱਤੇ ਜਿੰਨੇ ਵੀ ਦੁੱਖ ਆਉਂਦੇ ਆ ਪ੍ਰਭੂ, ਤੁਸੀਂ ਉਹਨਾਂ ਦੁੱਖਾਂ ਨੂੰ ਸਾਡੇ ਉੱਤੇ ਭਾਰੀ ਨਹੀਂ ਹੋਣ ਦਿੰਦੇ, ਪਰ ਉਹਨਾਂ ਦੁੱਖਾਂ ਦੇ ਵਿੱਚੋਂ ਸਾਨੂੰ ਕੱਢ ਕੇ ਆਪਣੀ ਮਹਿਮਾ ਦੇ ਨਾਲ ਸਾਡੇ ਮੂੰਹ ਨੂੰ ਭਰ ਕੇ ਇੱਕ ਗਵਾਹੀ ਦੇ ਨਾਲ ਖੜਿਆਂ ਕਰ ਦਿੰਦੇ ਹਾਂ ਪ੍ਰਭੂ। ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ ਹਾਂ ਮੇਰੇ ਪਿਤਾ ਪਰਮੇਸ਼ੁਰ ਜੀ। ਜਿੱਦਾਂ ਰਾਜਾ ਦਾਊਦ ਕਹਿੰਦਾ ਆ, ਜੇ ਮੇਰੇ ਉੱਤੇ ਬਿਪਤਾ ਨਾ ਆਉਂਦੀ, ਮੈਂ ਤੇਰੀ ਵਿਵਸਥਾ ਨੂੰ ਨਾ ਜਾਣਦਾ। ਸੱਚਮੁੱਚ ਮੇਰੇ ਪਿਤਾ ਪਰਮੇਸ਼ੁਰ ਜੀ, ਜੇ ਅਸੀਂ ਦੁੱਖਾਂ ਵਿੱਚ ਨਾ ਜਾਂਦੇ ਤਾਂ ਅਸੀਂ ਤੁਹਾਡੀ ਕਿਰਪਾ ਨੂੰ ਨਾ ਸਮਝ ਪਾਉਂਦੇ। ਸੱਚੀ ਪ੍ਰਭੂ, ਜਦੋਂ ਅਸੀਂ ਬਿਪਤਾ ਦੇ ਵਿੱਚ ਗਏ, ਤੁਸੀਂ ਉਸ ਬਿਪਤਾ ਦੇ ਵਿੱਚੋਂ ਕੱਢਿਆ, ਤਾਂ ਸਾਨੂੰ ਪਤਾ ਲੱਗਾ ਕਿ ਸੱਚਮੁੱਚ ਛਡਾਉਣ ਵਾਲਾ ਕੌਣ ਆ, ਔਰ ਛਡਾਉਣ ਵਾਲਾ ਸੈਨਾਵਾਂ ਦਾ ਯਹੋਵਾ ਪਰਮੇਸ਼ੁਰ ਆ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ੁਰ ਜੀ। ਮੇਰੇ ਪਿਆਰੇ ਪ੍ਰਭੂ ਜੀ, ਤੁਸੀਂ ਆਪਣੀ ਧਾਰਮਿਕਤਾ ਦੇ ਨਾਲ ਮੇਰੇ ਪਿਤਾ ਪਰਮੇਸ਼ੁਰ ਸਾਨੂੰ ਧਰਮੀ ਠਹਿਰਾਉਂਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਮਹਿਮਾ ਕਰਦੇ, ਤੁਹਾਡੀ ਵਡਿਆਈ ਕਰਦੇ ਹਾਂ।
मेरे प्रभु तुसी अपने लोगों के उत्ते अपने ज्ञान नूं दिनों दिन वधाई जाने असी तुहाडा धन्नवाद करते हैं मेरे पिता परमेश्वर जी। तुसी अपने बुद्ध के खजानिया दे विचों अपने लोगों नूं बुद्ध का वरदान दे रहे हैं मेरे प्रभु जी। असी तुहाडा धन्नवाद करते मेरे पिता परमेश्वर जी। तुसी आत्मा के वरदाना दे नाल मेरे प्रभु अपने लोगों नूं भर रहे हैं मेरे प्रभु। असी तुहाडा धन्नवाद करते मेरे पिता परमेश्वर जी। तुसी साडी नेचा नूं मजबूत कर रहे हैं मेरे प्रभु। असी तुहाडा धन्नवाद करते मेरे पिता परमेश्वर जी। असी यकीन करते हैं मेरे प्रभु जी कि असी दिनों दिन नेचा दे तकड़े सूरबीर योधे बनी जाने हैं और सचमुच इस नेचा दे नाल असी वैरी दे खड़ियां कीतियां सारियां दीवारां नूं असी धक्का मार के ढह ढेरी करते हैं और सचमुच उस वादे की धरती के उत्ते पहुँचते हैं जिस वादे की धरती के उत्ते परमेश्वर सानूं देखना चाहते हैं प्रभु। असी शुक्रगुजार दियां भेटां लैके आने मेरे पिता परमेश्वर जी। प्यारे प्रभु असी अपने धियां पुत्रां नूं लैके तुहाडी हजूरी दे विच आउने मेरे प्रभु जी। असी अपने भैणां भरावां नूं ते अपने माता पिता नूं लैके तुहाडी हजूरी दे विच आउने आ मेरे पिता परमेश्वर जी। प्यारे प्रभु असी उहनां दे उत्ते तुहाडा अनुग्रह मंगदे हाँ मेरे पिता परमेश्वर जी। असी उहनां दे उत्ते तुहाडी कृपा मंगदे हाँ मेरे पिता परमेश्वर जी। उहनां दे सारे राहां दे विच मेरे पिता परमेश्वर तुहाडे स्वर्गी दूत उहनां दी राखी करन। साडे सभनां राहां दे विच मेरे पिता परमेश्वर तुहाडे स्वर्गी दूत राखी करन मेरे पिता परमेश्वर जी। और तुहाडा हत्थ सानूं सभनां नूं संभाले मेरे प्रभु जी। प्यारे प्रभु असी अपने पूरे परिवार नूं मेरे पिता परमेश्वर जी, अपने भैणां भरावां नूं, अपने माता पिता नूं, अपने धियां पुत्रां नूं पिता परमेश्वर, इस घर नूं ते घर दी इक इक चीज़ नूं मेरे पिता परमेश्वर जी आप जी दे जोरावर हत्थां दे विच सौंपदे हां मेरे पिता परमेश्वर जी। और प्रभु यीशु मसीह जी दे पवित्र लहू दे विच कवर करदे हां। हुण कोई भी वैरी दी ताकत सानूं परमेश्वर दे हत्थ चों खोह नहीं सकदी। कोई भी बिपता किसी भी तरीके का संकट हुण साडे प्रेम नूं मठिया नहीं कर सकता। जिहड़ा प्रेम मसीह दे नाल साडा पै चुक्या हुण उस प्रीत नूं ठंडिया नहीं कर सकता। और कोई भी वैरी दी ताकत हुण साडे उत्ते कोई अख्तियार नहीं रखदी क्योंकि असीं प्रभु यीशु मसीह जी दे लहू दे द्वारा मुल खरीदे गए हैं। और सेनावां दे यहोवा परमेश्वर दे वल्लों असीं माँ दी कुख विच पैण तों पहलां ही चुणे गए हैं प्रभु। असी तुहाडा धन्नवाद करदे मेरे प्रभु। साडी जिंदगी दा हरेक काम तुहाडी प्लैनिंग दे विच आ मेरे पिता परमेश्वर जी। क्योंकि वचन सानूं दसदा आ, वचन दे विच लिखिआ, मैं तैनूं तेरी माँ दी कुख विच पैण तों पहलां तों ही जाणदा आ। मैं जाणदा आ तेरे लई मेरे कोल की योजनावां आ, मेरे कोल तेरे लई योजनावां आ जिहड़ियां भलाई दीआं आ, बुरियाई दीआं नहीं, जिहड़ियां लाभ उठाउण नूं और जिहड़ियां तैनूं छेकड़ नूं आस दिवाउण उह योजनावां आ। और सचमुच मेरे प्रभु तुसीं इन्नियां सोहणियां योजनावां साडे लई प्लैन कीतीआं आ मेरे पिता परमेश्वर जी। असीं प्रार्थना करदे हाँ तुहाडियां वो योजनावां साडी जिंदगी दे विच पूरियां होण मेरे प्रभु जी। और तुहाडी एक एक योजना साडी जिंदगी दे विच पूरी हो जाए क्योंकि प्रभु तुहाडियां योजनावां दे विच साडा जीवन आ मेरे पिता परमेश्वर। वैरी नहीं चाहुंदा कि असीं जीवन नूं जी सकीए। वैरी साडे जीवन नूं नाश करना चाहुंदा आ, वैरी साडे घराणियां नूं नाश करना चाहुंदा आ, वैरी साडी एनर्जी नूं नाश करना चाहुंदा आ। पर मेरे प्रभु तुसीं सानूं जीवन दिंदे आ जीण दे लई मेरे प्रभु जी। तुसीं सानूं बचाउंदे आ मेरे पिता परमेश्वर जी। असीं तुहाडा धन्नवाद करदे आ। तुसीं वैरी दीआं सारियां चालां तों सानूं छुड़ाया प्रभु। असीं तुहाडा धन्नवाद करदे हाँ प्रभु। तुसीं सिर्फ सानूं अपनी महिमा दे लई खड़े नहीं कीता पर तुसीं सानूं वैरी दी सारी शक्ति दे उत्ते अख्तियार दे दिता मेरे प्रभु। असीं तुहाडा धन्नवाद करदे मेरे पिता परमेश्वर जी क्योंकि तुसीं चाहिया कि मनुख राज करे। और मेरे पिता परमेश्वर जी एक राजकुमार दे न्याई मेरे प्रभु जो अथॉरिटीज़ उहदे कोल होणियां चाहीदियां उह सब तुसीं दित्तियां। बीमारियां दे उत्ते तुसीं अख्तियार दिता मेरे प्रभु। दुष्ट दीआं ताकतां दे उत्ते तुसीं अख्तियार दिता। इस धरती दीआं चीज़ां दे उत्ते तुसीं अख्तियार दिता मेरे पिता परमेश्वर जी। असीं तुहाडा धन्नवाद करदे हाँ, तुहाडी महिमा ते वडियाई करदे हाँ। हुण असीं प्रार्थना करदे हाँ उह सुत्तियां होईयां अथॉरिटीज़ जिहड़ियां साडे अंदर आ, जिहड़ियां सुत्तियां होईयां आ, जिन्हां तों बहुत सारे भैण भरा ना वाकफ आ, जिन्हां नूं चेता नहीं आ, जिन्हां नूं कोई सियाण नहीं आ कि उहनां दे अंदर परमेश्वर ने वड्डियां शक्तियां नूं रख्या आ, जिन्हां नूं जिहड़े भुल गए आ कि उहनां दे कोल अथॉरिटीज़ आ। अज यीशु मसीह दे नाम दे विच पवित्र आत्मा दी मदद दे नाल उह अथॉरिटीज़ जाग उठण, उह सुत्तियां होईयां शक्तियां जाग उठण। और प्रभु तुहाडे लोक सुपर नैचुरल पावर दे नाल भर जाण मेरे पिता परमेश्वर जी। थोड़े लोग सुपर नैचुरल विजडम दे नाल भर जाण मेरे प्रभु जी। थोड़े लोग अलौकिक शक्तियां दे नाल भर जाण, अलौकिक बुद्ध दे नाल भर जाण मेरे पिता परमेश्वर जी। और मेरे प्यारे प्रभु जी थोड़े लोग इन्हां शक्तियां नूं जानण, सियानण और इन्हां नूं वरतना सीखण मेरे प्रभु जी। और मेरे प्रभु जी थोड़ा बुद्ध इन्हां नूं ज्ञान बख्शे मेरे प्रभु, उन्हां नूं ऑपरेट करना सिखावे मेरे पिता परमेश्वर जी।
ਕਿੱਦਾਂ ਉਹਨਾਂ ਚੀਜ਼ਾਂ ਨੂੰ ਵਰਤਣਾ ਆ ਪ੍ਰਭੂ, ਤੁਹਾਡਾ ਆਤਮਾ ਉਹਨਾਂ ਦੀ ਅਗਵਾਈ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ। ਸੱਚਮੁੱਚ ਮੇਰੇ ਪਿਤਾ ਪਰਮੇਸ਼ਵਰ ਜੀ, ਤੁਸੀਂ ਸਾਨੂੰ ਜੈ ਦਿੱਤੀ ਆ ਮੇਰੇ ਪ੍ਰਭੂ, ਤੁਸੀਂ ਸਾਨੂੰ ਫਤਿਹ ਦਿੱਤੀ ਆ ਮੇਰੇ ਪਿਤਾ ਪਰਮੇਸ਼ਵਰ, ਤੁਸੀਂ ਸਾਨੂੰ ਜਿੱਤ ਦਿੱਤੀ ਆ, ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਤੁਹਾਨੂੰ ਹੱਦੋਂ ਵੱਧ ਫਤਿਹ ਬਖਸ਼ਦਾ ਹਾਂ। ਪ੍ਰਭੂ ਅਸੀਂ ਯਕੀਨ ਕਰਦੇ ਹਾਂ ਤੁਸੀਂ ਸਾਨੂੰ ਹਰ ਮੈਦਾਨ ਦੇ ਵਿੱਚ ਫਤਿਹ ਬਖਸ਼ੀ ਆ, ਤੁਸੀਂ ਸਾਨੂੰ ਸਰਕਾਰੀ ਦਰਬਾਰੇ ਫਤਿਹ ਬਖਸ਼ੀ ਆ, ਤੁਸੀਂ ਸਾਨੂੰ ਘਰ ਦੇ ਵਿੱਚ ਫਤਿਹ ਬਖਸ਼ੀ ਆ, ਤੁਸੀਂ ਸਾਡੇ ਪਰਿਵਾਰ ਦੇ ਵਿੱਚ ਫਤਿਹ ਬਖਸ਼ੀ ਆ, ਤੁਸੀਂ ਸਾਡੇ ਬਿਜ਼ਨਸ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਆ ਮੇਰੇ ਪ੍ਰਭੂ, ਤੁਸੀਂ ਸਾਡੇ ਫਰੈਂਡ ਸਰਕਲ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਆ ਮੇਰੇ ਪ੍ਰਭੂ ਜੀ, ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਆ ਮੇਰੇ ਪਿਤਾ ਪਰਮੇਸ਼ਵਰ ਜੀ, ਤੁਸੀਂ ਸਾਡੀ ਜ਼ਿੰਦਗੀ ਦੇ ਹਰੇਕ ਫੀਲਡ ਦੇ ਵਿੱਚ ਸਾਨੂੰ ਫਤਿਹ ਬਖਸ਼ੀ ਮੇਰੇ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਜੀ। ਅਸੀਂ ਸਾਰੇ ਰਿਸ਼ਤਿਆਂ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ, ਜਿਹੜੇ ਰਿਸ਼ਤੇ ਤੁਹਾਡੇ ਦੁਆਰਾ ਬਣਾਏ ਗਏ ਆ ਮੇਰੇ ਪਿਤਾ ਪਰਮੇਸ਼ਵਰ ਜੀ, ਮੇਰੇ ਪਿਆਰੇ ਪ੍ਰਭੂ, ਕਿਰਪਾ ਕਰੋ ਅਸੀਂ ਆਪਣੇ ਰਿਸ਼ਤਿਆਂ ਨੂੰ ਪਿਤਾ ਪਰਮੇਸ਼ਵਰ ਜੀ ਠੀਕ ਉਸ ਤਰ੍ਹਾਂ ਨਿਭਾ ਸਕੀਏ ਜਿੱਦਾਂ ਪੁੱਤਰ ਆਤਮਾ ਦੀ ਅਗਵਾਈ ਦੇ ਨਾਲ ਸਾਨੂੰ ਉਹ ਨਿਭਾਉਣੇ ਚਾਹੀਦੇ ਆ, ਜਿੱਦਾਂ ਪੁੱਤਰਤਾਈ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਉਹ ਨਿਭਾਉਣੇ ਚਾਹੀਦੇ ਆ ਮੇਰੇ ਪ੍ਰਭੂ। ਅਸੀਂ ਉਹਨਾਂ ਰਿਸ਼ਤਿਆਂ ਨੂੰ ਜਿਹੜੇ ਤੁਹਾਡੇ ਵੱਲੋਂ ਸਾਡੇ ਨਾਲ ਜੋੜੇ ਗਏ, ਅਸੀਂ ਉਹਨਾਂ ਨੂੰ ਆਪਣੇ ਸਹੀ ਫਰਜ਼ਾਂ ਦੇ ਨਾਲ ਨਿਭਾ ਸਕੀਏ ਮੇਰੇ ਪ੍ਰਭੂ। ਸਾਨੂੰ ਤੁਹਾਡੀ ਵਿਜ਼ਡਮ ਦੀ ਜ਼ਰੂਰਤ ਆ, ਸਾਨੂੰ ਤੁਹਾਡੀ ਕਿਰਪਾ ਦੀ ਜ਼ਰੂਰਤ ਆ, ਸਾਨੂੰ ਤੁਹਾਡੀ ਅਗਵਾਈ ਦੀ ਜ਼ਰੂਰਤ ਆ ਮੇਰੇ ਪਿਤਾ ਪਰਮੇਸ਼ਵਰ ਜੀ। ਮੇਰੇ ਪਿਆਰੇ ਪ੍ਰਭੂ ਜੀ, ਸਾਡੇ ਰਿਸ਼ਤੇ ਜਿਹੜੇ ਸ਼ੈਤਾਨ ਤੋੜਨਾ ਚਾਹੁੰਦਾ ਆ, ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਣ ਉਹ ਰਿਸ਼ਤੇ ਬਹੁਤ ਮਜ਼ਬੂਤ ਹੋ ਜਾਂਦੇ ਆ, ਔਰ ਵੈਰੀ ਦੀ ਕੋਈ ਵੀ ਤਾਕਤ ਉਹਨਾਂ ਨੂੰ ਤੋੜਨ ਦੇ ਲਈ ਇੰਨਾ ਜ਼ੋਰ ਨਹੀਂ ਰੱਖਦੀ, ਕਿਉਂਕਿ ਉਹ ਰਿਸ਼ਤੇ ਪਰਮੇਸ਼ਵਰ ਦੇ ਵੱਲੋਂ ਜੋੜੇ ਗਏ, ਔਰ ਪਰਮੇਸ਼ਵਰ ਦੇ ਨਾਲ ਉਹ ਸਾਮਰਥੀ ਕੋਈ ਨਹੀਂ ਆ, ਔਰ ਉਹ ਜ਼ੋਰਾਵਰ ਪਰਮੇਸ਼ਵਰ ਹੁਣ ਇਹ ਜਿੰਦਾ ਮੰਦਰਾਂ ਦੇ ਅੰਦਰ ਆ ਚੁੱਕਿਆ ਆ, ਔਰ ਹੁਣ ਕੋਈ ਵੈਰੀ ਦੀ ਤਾਕਤ ਇਹਨਾਂ ਮੰਦਰਾਂ ਦਾ ਨਾਸ਼ ਨਹੀਂ ਕਰ ਸਕਦੀ। ਜਿੱਦਾਂ ਵਚਨ ਦੇ ਵਿੱਚ ਲਿਖਿਆ ਆ, ਸਾਡੀ ਦੇਹ ਪਰਮੇਸ਼ਵਰ ਦੇ ਰਹਿਣ ਦਾ, ਪੁੱਤਰ ਆਤਮਾ ਦੇ ਰਹਿਣ ਦਾ ਥਾਂ ਆ, ਔਰ ਇਹ ਜਿੰਦਾ ਹੈਕਲ ਆ, ਔਰ ਅਸੀਂ ਧੰਨਵਾਦ ਕਰਦੇ ਹਾਂ ਹੁਣ ਪਰਮੇਸ਼ਵਰ ਦਾ ਆਤਮਾ ਇਸ ਹੈਕਲ ਦੇ ਅੰਦਰ ਆ ਗਿਆ, ਔਰ ਉਹਨੇ ਆਪਣਾ ਡੇਰਾ ਲਾ ਲਿਆ ਆ, ਹੁਣ ਇਸ ਹੈਕਲ ਦੇ ਅੰਦਰ ਲਈ ਕਿਸੇ ਵੀ ਚੀਜ਼ ਦਾ ਕੋਈ ਨੁਕਸਾਨ ਵੈਰੀ ਦੀ ਕੋਈ ਤਾਕਤ ਨਹੀਂ ਕਰ ਸਕਦੀ, ਕਿਉਂਕਿ ਮੇਰੇ ਪਰਮੇਸ਼ਵਰ ਦੇ ਨਾਲੋਂ ਵੱਧ ਜ਼ੋਰਾਵਰ ਕੋਈ ਨਹੀਂ ਆ, ਮੇਰੇ ਪਰਮੇਸ਼ਵਰ ਦੇ ਰੂਹ ਦੇ ਨਾਲੋਂ ਵੱਧ ਜ਼ੋਰਾਵਰ ਕੋਈ ਨਹੀਂ ਆ, ਔਰ ਅਸੀਂ ਭਰੋਸਾ ਕਰਦੇ ਹਾਂ ਉਸ ਪਰਮੇਸ਼ਵਰ ਦੀ ਸਾਮਰਥ ਦੇ ਉੱਤੇ, ਔਰ ਸਭ ਕੁਛ ਕਰ ਸਕਦੇ ਉਹਦੀ ਸਾਮਰਥ ਦੇ ਵਸੀਲੇ ਜਿਹੜਾ ਸਾਨੂੰ ਤਾਕਤ ਅਤੇ ਜ਼ੋਰ ਬਖਸ਼ਦਾ ਆ। ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ। ਮੇਰੇ ਪਿਆਰੇ ਪ੍ਰਭੂ, ਪਿਤਾ ਪਰਮੇਸ਼ਵਰ ਜੀ, ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਲੈ ਕੇ ਮੇਰੇ ਪ੍ਰਭੂ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਤੁਹਾਡਾ ਵੱਡਾ ਅਨੁਗ੍ਰਹਿ ਉਹਨਾਂ ਦੇ ਜੀਵਨ ਦੇ ਵਿੱਚ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ, ਤੁਹਾਡੀ ਵੱਡੀ ਕਿਰਪਾ ਇਹਨਾਂ ਦੇ ਜੀਵਨ ਦੇ ਵਿੱਚ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ, ਇਹ ਤੁਹਾਡੇ ਨਾਮ ਦੇ ਚਾਹੁਣ ਵਾਲੇ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ। ਮੇਰੇ ਪਿਆਰੇ ਪ੍ਰਭੂ ਜੀ, ਤੁਹਾਡਾ ਹੱਥ ਇਹਨਾਂ ਨੂੰ ਸੰਭਾਲੇ ਮੇਰੇ ਪਿਤਾ ਪਰਮੇਸ਼ਵਰ ਜੀ, ਤੁਹਾਡਾ ਹੱਥ ਇਹਨਾਂ ਨੂੰ ਨਾਸ਼ ਹੋਣ ਤੋਂ ਬਚਾਵੇ ਮੇਰੇ ਪਿਤਾ ਪਰਮੇਸ਼ਵਰ ਜੀ। ਅਸੀਂ ਪ੍ਰਾਰਥਨਾ ਕਰਦੇ ਮੇਰੇ ਪ੍ਰਭੂ, ਇਹਨਾਂ ਬੱਚਿਆਂ ਦੀਆਂ ਸੋਚਾਂ ਤੁਹਾਡੇ ਵੱਲੋਂ ਮੁਬਾਰਕ ਹੋਣ ਮੇਰੇ ਪਿਤਾ ਪਰਮੇਸ਼ਵਰ ਜੀ। ਇਹਨਾਂ ਦੇ ਕੰਮਾਂ ਦੇ ਵਿੱਚ ਤੁਹਾਡੀ ਮਰਜ਼ੀ ਸ਼ਾਮਿਲ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ, ਔਰ ਜੋ ਚੀਜ਼ਾਂ ਵੀ ਬੱਚੇ ਪੜ੍ਹਨ ਮੇਰੇ ਪ੍ਰਭੂ ਜੀ, ਉਹੀ ਇਹਨਾਂ ਨੂੰ ਚੇਤੇ ਰਹਿਣ ਜਿਹੜੀਆਂ ਸੱਚਮੁੱਚ ਇਹਨਾਂ ਦੀ ਜ਼ਿੰਦਗੀ ਦੀ ਤਰੱਕੀ ਦੇ ਲਈ ਆ, ਜਿਹੜੀਆਂ ਇਹਨਾਂ ਦੀ ਆਤਮਕ ਤਰੱਕੀ ਦੇ ਲਈ ਆ, ਔਰ ਉਹ ਹਰੇਕ ਨੌਨਸੈਂਸ ਚੀਜ਼, ਹਰੇਕ ਉਹ ਬੇਮਤਲਬ ਚੀਜ਼, ਹਰੇਕ ਉਹ ਫਾਲਤੂ ਚੀਜ਼ ਜਿਹੜੀ ਵੈਰੀ ਇਹਨਾਂ ਦੇ ਦਿਮਾਗ ਦੇ ਵਿੱਚ ਪਾਉਣਾ ਚਾਹੁੰਦਾ ਆ, ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਤੁਹਾਡੀ ਕਿਰਪਾ ਦੇ ਨਾਲ ਉਹ ਇਹਨਾਂ ਦੀਆਂ ਸੋਚਾਂ 'ਚੋਂ ਡਿਲੀਟ ਹੋ ਜਾਵੇ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਜੀ, ਤੁਹਾਡਾ ਹੱਥ ਇਹਨਾਂ ਬੱਚਿਆਂ ਦੇ ਨਾਲ ਹੋਵੇ ਮੇਰੇ ਪ੍ਰਭੂ ਜੀ। ਇਹਨਾਂ ਦੇ ਫਰੈਂਡ ਦੇ ਵਿੱਚ ਮੇਰੇ ਪ੍ਰਭੂ, ਇਹਨਾਂ ਦੀਆਂ ਫਰੈਂਡ ਲਿਸਟ ਦੇ ਵਿੱਚ ਮੇਰੇ ਪ੍ਰਭੂ ਜੀ, ਉਹੀ ਦੋਸਤ ਹੋਣ ਜਿਹੜੇ ਤੁਹਾਡੇ ਵੱਲੋਂ ਜੋੜੇ ਜਾਣ, ਪਰ ਜਿਨ੍ਹਾਂ ਨੂੰ ਨਾਸ਼ ਕਰਨ ਦੇ ਲਈ ਵੈਰੀ ਨੇ ਇਹਨਾਂ ਦੇ ਨਾਲ ਜੋੜਿਆ, ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਇਹਨਾਂ ਤੋਂ ਵੱਖਰੇ ਹੋ ਜਾਣ ਮੇਰੇ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦੀ ਉਹਨਾਂ ਨੌਜਵਾਨ ਭੈਣ ਭਰਾਵਾਂ ਦੇ ਲਈ ਜਿਹੜੇ ਜੀਵਨ ਸਾਥੀ ਦੀ ਖੋਜ ਦੇ ਵਿੱਚ ਆ, ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡਾ ਪਵਿੱਤਰ ਆਤਮਾ ਉਹਨਾਂ ਦੀ ਮਦਦ ਕਰੇ ਪਿਤਾ ਪਰਮੇਸ਼ਵਰ ਜੀ, ਉਹਨਾਂ ਦੇ ਮਨਾਂ ਦੇ ਉੱਤੇ ਤੁਹਾਡਾ ਇਖਤਿਆਰ ਆਵੇ ਮੇਰੇ ਪਿਤਾ ਪਰਮੇਸ਼ਵਰ ਜੀ, ਔਰ ਉਹਨਾਂ ਜੀਵਨ ਸਾਥੀਆਂ ਦੇ ਨਾਲ ਜੋੜੇ ਜਾਣ ਜਿਹੜੇ ਤੁਹਾਡੇ ਵੱਲੋਂ ਠਹਿਰਾਏ ਗਏ ਆ, ਉਹ ਭੈਣਾਂ ਉਸ ਆਦਮ ਦੇ ਨਾਲ ਜੋੜੀਆਂ ਜਾਣ ਪਿਤਾ ਪਰਮੇਸ਼ਵਰ, ਜਿਸ ਆਦਮ ਦੀਆਂ ਉਹ ਪਸਲੀਆਂ ਆ, ਔਰ ਉਹ ਆਦਮ ਉਸ ਹਵਾ ਦੇ ਨਾਲ ਜੋੜਿਆ ਜਾਵੇ ਜਿਸ ਹਵਾ ਨੂੰ ਤੁਸੀਂ ਉਸ ਆਦਮ ਦੇ ਲਈ ਬਣਾਇਆ ਆ ਮੇਰੇ ਪਿਤਾ ਪਰਮੇਸ਼ਵਰ ਜੀ, ਤਾਂ ਜੋ ਮੇਰੇ ਪ੍ਰਭੂ ਜੀ ਉਹ ਤੁਹਾਡੇ ਦੁਆਰਾ ਸਿਰਜੇ ਹੋਏ ਜੋੜੇ ਜਿਨ੍ਹਾਂ ਨੂੰ ਤੁਸੀਂ ਜੋੜਿਆ, ਕੋਈ ਉਹਨਾਂ ਨੂੰ ਵੱਖਰਿਆ ਨਾ ਕਰ ਸਕੇ ਮੇਰੇ ਪਿਤਾ ਪਰਮੇਸ਼ਵਰ। ਇਸ ਸਾਮਰਥ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਜੀ, ਜਦੋਂ ਆਪਣੀ ਜ਼ਿੰਦਗੀ ਨੂੰ ਜੀਣ ਤਾਂ ਵੈਰੀ ਆਪਣੀਆਂ ਸਾਰੀਆਂ ਚਾਲਾਂ ਦੇ ਵਿੱਚ ਸ਼ਰਮਿੰਦਾ ਹੋ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ। ਪਿਆਰੇ ਪ੍ਰਭੂ ਜੀ, ਜਿਹੜੇ ਬੇਫਾਲ ਆ ਮੇਰੇ ਪ੍ਰਭੂ, ਜਿਹੜੇ ਔਲਾਦ ਦੇ ਲਈ ਤਰਸ ਰਹੇ ਆ ਮੇਰੇ ਪਿਤਾ ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਜੀ, ਤੁਸੀਂ ਉਹਨਾਂ ਨੂੰ ਸੰਤਾਨ ਦਾ ਸੁੱਖ ਦਿਓ ਮੇਰੇ ਪ੍ਰਭੂ, ਤੁਸੀਂ ਸਭ ਕੁਛ ਕਰ ਸਕਦੇ ਆ ਪ੍ਰਭੂ। ਤੁਸੀਂ ਅਬਰਾਹਮ ਨੂੰ ਪਿਤਾ ਪਰਮੇਸ਼ਵਰ ਬਜ਼ੁਰਗੀ ਦੇ ਵਿੱਚ ਪਿਤਾ, ਔਰ ਸਾਰਾ ਦੀ ਸੁੱਕੀ ਹੋਈ ਕੁੱਖ ਨੂੰ ਬਜ਼ੁਰਗੀ 'ਚ ਹਰਿਆਂ ਕਰਕੇ ਮਾਤਾ ਬਣਾਉਣ ਦੀ ਤਾਕਤ ਰੱਖਦੇ ਆ ਮੇਰੇ ਪ੍ਰਭੂ, ਅਤੇ ਪ੍ਰਭੂ ਤੁਹਾਡਾ ਵਚਨ ਸਾਨੂੰ ਦੱਸਦਾ ਕਿ ਮੈਂ ਕੱਲ੍ਹ, ਅੱਜ ਅਤੇ ਯੁੱਗ ਦੇ ਅੰਤ ਤੀਕਰ ਇੱਕੋ ਜਿਹਾ ਹਾਂ।
ਤੁਸੀਂ ਸਮਰਥੀ ਆ ਮੇਰੇ ਪਿਤਾ ਪਰਮੇਸ਼ਵਰ ਜੀ, ਉਹੀ ਸਮਰਥ ਮੇਰੇ ਪ੍ਰਭੂ ਜਿਹੜੀ ਅਬਰਾਹਮ ਤੇ ਸਾਰਾ ਨੂੰ ਮਾਤਾ ਪਿਤਾ ਬਣਾਉਂਦੀ ਆ ਮੇਰੇ ਪ੍ਰਭੂ ਜੀ, ਉਹੀ ਸਮਰਥ ਇਸ ਪਿਤਾ ਪਰਮੇਸ਼ਵਰ ਜੀ ਉਹਨਾਂ ਜੋੜਿਆਂ ਨੂੰ ਵੀ ਪਿਤਾ ਪਰਮੇਸ਼ਵਰ ਮਾਤਾ ਪਿਤਾ ਬਣਾਓ, ਮੇਰੇ ਪਿਤਾ ਪਰਮੇਸ਼ਵਰ ਬਣਾਉਣ ਦਾ ਇਖਤਿਆਰ ਰੱਖਦੀ ਆ ਉਹ ਸਮਰਥ। ਔਰ ਸੱਚਮੁੱਚ ਮੇਰੇ ਪ੍ਰਭੂ ਤੁਸੀਂ ਇਸ ਧਰਤੀ ਦੇ ਉੱਤੇ ਤੁਸੀਂ ਇਹਨਾਂ ਨੂੰ ਮੇਰੇ ਪ੍ਰਭੂ ਮੁਬਾਰਕ ਠਹਿਰਾਉਂਦੇ ਔਰ ਬਾਂਝਪਨ ਦਾ ਸਰਾਪ ਇਹਨਾਂ ਦੇ ਉੱਤੋਂ ਟੁੱਟਦਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ, ਹਰੇਕ ਤਰ੍ਹਾਂ ਦਾ ਬਾਂਝਪਨ ਦਾ ਸਰਾਪ ਇਹਨਾਂ ਤੋਂ ਟੁੱਟ ਜਾਏ। ਔਰ ਮੇਰੇ ਪਿਤਾ ਪਰਮੇਸ਼ਵਰ ਜੀ ਤੁਹਾਡਾ ਆਤਮਾ ਇਹਨਾਂ ਦੀ ਅਗਵਾਈ ਕਰੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਜੀਵਨ ਜੀਣਾ ਚਾਹੀਦਾ ਆ, ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਆ। ਪਵਿੱਤਰ ਆਤਮਾ ਜੀ ਤੁਸੀਂ ਇਹਨਾਂ ਨੂੰ ਸਿਖਾਲੋ ਤਾਂ ਜੋ ਪਰਮੇਸ਼ਵਰ ਦੇ ਦਿੱਤੇ ਹੋਏ ਉਸ ਵਰਦਾਨ ਤੱਕ ਪਹੁੰਚ ਸਕਣ ਜਿਹੜਾ ਪਰਮੇਸ਼ਵਰ ਦੀ ਹਜ਼ੂਰੀ 'ਚੋਂ ਇਹਨਾਂ ਦੇ ਲਈ ਠਹਿਰਾਇਆ ਗਿਆ ਆ। ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਜੀ। ਪਿਆਰੇ ਪ੍ਰਭੂ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ੇ ਦੀ ਲਾਨਤ ਆਈ, ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਪ੍ਰਾਰਥਨਾ ਕਰਦੇ ਹਾਂ ਅੱਜ ਨਸ਼ੇ ਦਾ ਸਪਿਰਿਟ ਉਹਨਾਂ ਦੇ ਘਰਾਂ ਦੇ ਵਿੱਚੋਂ ਨਿਕਲ ਜਾਏ। ਜਿਨ੍ਹਾਂ ਦੀਆਂ ਪਤਨੀਆਂ ਅਣਆਗਿਆਕਾਰੀ ਦੇ ਵਿੱਚ ਆ, ਮੈਂ ਪ੍ਰਾਰਥਨਾ ਕਰਦੀ ਹਾਂ ਮੇਰੇ ਪ੍ਰਭੂ ਜੀ, ਪਤਵੰਤ ਇਸਤਰੀ ਦਾ ਕਰੈਕਟਰ ਉਹਨਾਂ ਭੈਣਾਂ ਦੇ ਉੱਤੇ ਆਏ ਔਰ ਉਹ ਆਗਿਆਕਾਰੀ ਦੇ ਵਿੱਚ ਆ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ, ਉਹ ਆਪਣੇ ਘਰਾਂ ਨੂੰ ਨਾਸ਼ ਹੋਣ ਤੋਂ ਬਚਾ ਲੈਣ ਮੇਰੇ ਪ੍ਰਭੂ, ਸਗੋਂ ਤੁਹਾਡੀ ਸਮਰਥ ਦੇ ਨਾਲ ਮੇਰੇ ਪ੍ਰਭੂ ਜੀ, ਔਰ ਤੁਹਾਡੇ ਬਖਸ਼ੀ ਹੋਈ ਗਿਆਨ ਅਤੇ ਵਿਜ਼ਡਮ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ ਤੁਸੀਂ ਉਹਨਾਂ ਭੈਣਾਂ ਦੇ ਮਨਾਂ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਜੀ ਆਪਣੀਆਂ ਯੋਜਨਾਵਾਂ ਪਾਓ ਮੇਰੇ ਪ੍ਰਭੂ ਜੀ, ਆਪਣੇ ਵਿਚਾਰ ਪਾਓ ਮੇਰੇ ਪ੍ਰਭੂ ਜੀ। ਜਿਹੜੀਆਂ ਵੈਰੀ ਦੀਆਂ ਸੋਚਾਂ ਨੇ ਉਹਨਾਂ ਦੀ ਬੁੱਧ ਨੂੰ ਬਲੌਕ ਕਰ ਦਿੱਤਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪ੍ਰਭੂ ਅੱਜ ਤੁਹਾਡੀ ਸਮਰਥ ਦੇ ਨਾਲ ਉਹਨਾਂ ਦਾ ਵਿਜ਼ਡਮ ਅਨਬਲੌਕ ਹੋ ਜਾਏ ਮੇਰੇ ਪਿਤਾ ਪਰਮੇਸ਼ਵਰ ਜੀ, ਉਹਨਾਂ ਦਾ ਬੁੱਧ ਖੁੱਲ੍ਹ ਜਾਏ ਮੇਰੇ ਪ੍ਰਭੂ ਜੀ, ਉਹ ਪਹਿਚਾਨਣ ਕਿ ਉਹਨਾਂ ਦੇ ਰਿਸ਼ਤੇ ਨਾਸ਼ ਹੋ ਰਹੇ ਆ, ਉਹ ਸਮਝਣ ਕਿ ਕਿੱਦਾਂ ਉਹਨਾਂ ਰਿਸ਼ਤਿਆਂ ਨੂੰ ਬਚਾਇਆ ਜਾ ਸਕਦਾ ਆ। ਔਰ ਪ੍ਰਭੂ ਇਹ ਤੁਹਾਡੇ ਵੱਲੋਂ ਹੋ ਸਕਦਾ, ਪ੍ਰਭੂ ਇਹ ਤੁਹਾਡੀ ਸਮਰਥ ਦੇ ਦੁਆਰਾ ਹੋ ਸਕਦਾ ਆ। ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿਹੜੇ ਰੋਗੀ ਇਸ ਪ੍ਰਾਰਥਨਾ ਨੂੰ ਸੁਣਨ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਸ਼ਿਫਾ ਪਾਉਣ ਮੇਰੇ ਪ੍ਰਭੂ ਜੀ, ਉਹਨਾਂ ਦੀਆਂ ਹੱਡੀਆਂ ਦੇ ਵਿੱਚ ਨਵਾਂ ਬਲ ਆਏ ਮੇਰੇ ਪਿਤਾ ਪਰਮੇਸ਼ਵਰ। ਤੁਸੀਂ 103 ਨੰਬਰ ਜ਼ਬੂਰ ਦੇ ਵਿੱਚ ਪਿਤਾ ਪਰਮੇਸ਼ਵਰ ਤੁਹਾਡੇ ਵਚਨਾਂ ਦੇ ਵਿੱਚ ਲਿਖਿਆ ਆ, ਰਾਜਾ ਦਾਊਦ ਕਹਿੰਦਾ ਆ ਤੂੰ ਮੈਨੂੰ ਸਾਰੇ ਰੋਗਾਂ ਤੋਂ ਨਰੋਇਆ ਕਰਦਾ ਆ। ਸੱਚਮੁੱਚ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਸਾਰੇ ਰੋਗਾਂ ਤੋਂ ਨਰੋਇਆ ਕਰਨ ਦੀ ਤਾਕਤ ਰੱਖਦੇ ਮੇਰੇ ਪ੍ਰਭੂ ਜੀ, ਤੁਸੀਂ ਕੁੱਬਿਆਂ ਨੂੰ ਸਿੱਧਿਆਂ ਕਰਨ ਦੀ ਤਾਕਤ ਰੱਖਦੇ ਆ ਪ੍ਰਭੂ, ਤੁਸੀਂ ਲਹੂ ਪੈਣ ਦੀਆਂ ਬਿਮਾਰੀਆਂ ਨੂੰ ਰੋਕਣ ਅਤੇ ਉਹਨਾਂ ਨੂੰ ਬੰਦ ਕਰਨ ਅਤੇ ਉਹਨਾਂ ਨੂੰ ਸ਼ਿਫਾ ਦੇਣ ਦੀ ਤਾਕਤ ਰੱਖਦੇ ਆ, ਤੁਸੀਂ ਕੋਹੜੀਆਂ ਨੂੰ ਸ਼ੁੱਧ ਕਰਦੇ ਆ ਮੇਰੇ ਪਿਤਾ ਪਰਮੇਸ਼ਵਰ ਜੀ, ਤੁਸੀਂ ਲੰਗੜਿਆਂ ਨੂੰ ਚਲਾਉਂਦੇ, ਅੰਨਿਆਂ ਨੂੰ ਤੁਸੀਂ ਅੱਖੀਆਂ ਦਿੰਦੇ ਆ, ਔਰ ਮੇਰੇ ਪਿਤਾ ਪਰਮੇਸ਼ਵਰ ਜੀ ਤੁਸੀਂ ਜਮਾਂਦਰੂ ਰੋਗੀਆਂ ਨੂੰ ਵੀ ਮੇਰੇ ਪ੍ਰਭੂ ਜੀ ਆਪਣੀ ਕਿਰਪਾ ਦੇ ਨਾਲ ਚੰਗਿਆਂ ਕਰਕੇ ਇਸ ਧਰਤੀ ਦੇ ਉੱਤੇ ਗਵਾਹੀ ਬਣਾ ਕੇ ਖੜ੍ਹੇ ਕਰਦੇ ਆ। ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿੰਨੀਆਂ ਵੀ ਸਕਿਨ ਡਿਜ਼ੀਜ਼ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਸਕਿਨ ਡਿਜ਼ੀਜ਼ ਵਾਲੇ ਲੋਕ ਸ਼ੁੱਧ ਹੋ ਜਾਣ ਪ੍ਰਭੂ, ਤੁਹਾਡਾ ਆਤਮਾ ਉਹਨਾਂ ਨੂੰ ਛੂ ਜਾਏ ਔਰ ਉਹ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਵਰ ਜੀ। ਜਿੰਨਿਆਂ ਦੀ ਪੇਟ ਦੀ ਇਨਫੈਕਸ਼ਨ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਦੀ ਇਨਫੈਕਸ਼ਨ, ਉਹਨਾਂ ਦੇ ਅਲਸਰਸ ਉਹਨਾਂ ਦੇ ਪੇਟ ਦੇ ਵਿੱਚੋਂ ਨਿਕਲ ਜਾਣ, ਉਹਨਾਂ ਦੇ ਟਿਊਮਰਸ, ਉਹਨਾਂ ਦੇ ਸਟੋਨਸ ਔਰ ਹਰੇਕ ਤਰ੍ਹਾਂ ਦੀ ਪੇਟ ਦੀ ਸਿਕਨੈਸ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਨੂੰ ਛੱਡ ਕੇ ਚਲੀ ਜਾਏ ਔਰ ਉਹ ਨਰੋਏ ਹੋ ਜਾਣ। ਡਾਇਬਟੀਜ਼ ਨੂੰ ਮੈਂ ਕਮੈਂਡ ਕਰਦੀ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਪਰਮੇਸ਼ਵਰ ਦੇ ਲੋਕਾਂ ਨੂੰ ਛੱਡ ਕੇ ਹਮੇਸ਼ਾ ਦੇ ਲਈ ਚਲੀ ਜਾਏ ਔਰ ਇਹਨਾਂ ਦਾ ਸ਼ੂਗਰ ਲੈਵਲ ਨੋਰਮਲ ਹੋ ਜਾਏ ਮੇਰੇ ਪ੍ਰਭੂ ਜੀ। ਹਰੇਕ ਤਰ੍ਹਾਂ ਦੀ HIV, ਹਰੇਕ ਤਰ੍ਹਾਂ ਦੀ ਕੈਂਸਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਪਣੀਆਂ ਜੜ੍ਹਾਂ ਨੂੰ ਪੱਟੇ ਔਰ ਇਹਨਾਂ ਦੇ ਜਿਸਮ ਦੇ ਵਿੱਚੋਂ ਦੂਰ ਹੋ ਜਾਏ ਔਰ ਇਹ ਲੋਕ ਨਰੋਏ ਹੋ ਜਾਣ ਔਰ ਗਵਾਹੀ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣ। ਪ੍ਰਭੂ ਜੀ ਜਿਹੜੇ ਡਿਪਰੈਸ਼ਨ ਦੇ ਵਿੱਚ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਉਹਨਾਂ ਦੇ ਸਾਰੇ ਫਿਕਰ ਬੋਝ ਚੱਕੇ ਜਾਣ ਮੇਰੇ ਪ੍ਰਭੂ ਜੀ, ਔਰ ਉਹ ਸਾਰੇ ਡਿਪਰੈਸ਼ਨ ਤੋਂ ਆਜ਼ਾਦ ਹੋ ਜਾਣ ਮੇਰੇ ਪ੍ਰਭੂ ਜੀ, ਉਹ ਆਨੰਦ ਦੇ ਨਾਲ ਭਰ ਜਾਣ, ਉਹ ਸ਼ਾਂਤੀ ਦੇ ਨਾਲ ਭਰ ਜਾਣ ਮੇਰੇ ਪ੍ਰਭੂ ਜੀ। ਔਰ ਮੇਰੇ ਪ੍ਰਭੂ ਜੀ ਤੁਹਾਡਾ ਆਤਮਾ ਸਭਨਾਂ ਗੱਲਾਂ ਦੇ ਵਿਖੇ ਉਹਨਾਂ ਦੀ ਅਗਵਾਈ ਕਰੇ ਔਰ ਤੁਹਾਡੀ ਸ਼ਾਂਤੀ ਉਹਨਾਂ ਦੇ ਦਿਲਾਂ ਦੇ ਵਿੱਚ ਵਾਸ ਕਰੇ ਮੇਰੇ ਪ੍ਰਭੂ ਜੀ। ਜਿਹੜੇ ਆਪਣੇ ਮਨਾਂ ਦੇ ਵਿੱਚ ਸੁਸਾਈਡ ਦੀਆਂ ਪਲੈਨਿੰਗਸ ਕਰਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ, ਅਸੀਂ ਇਹਨਾਂ ਸਾਰੇ ਗੰਦੇ ਵਿਚਾਰਾਂ ਨੂੰ ਜਿਹੜੇ ਸ਼ੈਤਾਨ ਵੱਲੋਂ ਪਰਮੇਸ਼ਵਰ ਦੇ ਲੋਕਾਂ ਦੇ ਵਿੱਚ ਪਾਏ ਜਾਂਦੇ ਆ, ਅਸੀਂ ਕੈਂਸਲ ਕਰਦੇ ਹਾਂ। ਔਰ ਪ੍ਰਭੂ ਜੀ ਤੁਹਾਡਾ ਸਮਰਥ ਉਹਨਾਂ ਲੋਕਾਂ ਦੇ ਉੱਤੇ ਠਹਿਰਦਾ ਆ ਔਰ ਉਹ ਇਹਨਾਂ ਸਾਰੀਆਂ ਪਲੈਨਿੰਗਸ ਨੂੰ ਉਹਨਾਂ ਦੇ ਮਨਾਂ ਦੇ ਵਿੱਚੋਂ ਕੱਢ ਦਿੰਦਾ ਆ ਔਰ ਉਹਨਾਂ ਦੇ ਅੰਦਰ ਜਿਉਣ ਦਾ ਉਤਸ਼ਾਹ ਪੈਦਾ ਕਰਦਾ ਆ, ਕਿਉਂਕਿ ਪ੍ਰਭੂ ਤੁਸੀਂ ਸਾਨੂੰ ਚੁਣਿਆ ਅਬਦੀ ਜੀਵਨ ਦੇਣ ਦੇ ਲਈ, ਔਰ ਇਸ ਲਈ ਪ੍ਰਭੂ ਅਸੀਂ ਯਕੀਨ ਕਰਦੇ ਕਿ ਤੁਸੀਂ ਇਸ ਧਰਤੀ ਦੇ ਉੱਤੇ ਵੀ ਸਾਨੂੰ ਅੱਧੀ ਉਮਰ ਦੇ ਵਿੱਚ ਨਹੀਂ ਲੈ ਕੇ ਜਾਂਦੇ, ਪਰ ਤੁਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਧਰਤੀ ਦੀਆਂ ਸਾਰੀਆਂ ਚੀਜ਼ਾਂ ਨੂੰ ਦੇਖੀਏ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਆਨੰਦ ਲਈਏ। ਔਰ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਸਾਨੂੰ ਜਿਉਣ ਦੇ ਲਈ ਚੁਣਿਆ ਆ ਮੇਰੇ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪ੍ਰਭੂ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ ਮੇਰੇ ਪ੍ਰਭੂ ਜੀ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਜਿਹੜੇ ਲੋਕ ਪਾਪ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਪਰ ਉਹ ਮੁੜ ਮੁੜ ਕੇ ਫਿਰ ਪਾਪ ਦੇ ਵਿੱਚ ਜਾਂਦੇ ਆ, ਪ੍ਰਭੂ ਤੁਹਾਡੇ ਆਤਮਾ ਦਾ ਸਮਰਥ ਉਹਨਾਂ ਦੇ ਉੱਤੇ ਆਏ ਮੇਰੇ ਪਿਤਾ ਪਰਮੇਸ਼ਵਰ ਜੀ, ਔਰ ਉਹਨਾਂ ਨੂੰ ਜ਼ੋਰ ਬਖਸ਼ੋ ਮੇਰੇ ਪ੍ਰਭੂ ਉਸ ਪਾਪ ਦੇ ਉੱਤੇ ਉਹ ਫਤਿਹ ਪਾ ਸਕਣ ਮੇਰੇ ਪਿਤਾ ਪਰਮੇਸ਼ਵਰ ਜੀ, ਉਸ ਪਾਪ ਤੋਂ ਹਮੇਸ਼ਾ ਦੇ ਲਈ ਆਪਣੇ ਆਪ ਨੂੰ ਵੱਖਰਿਆਂ ਕਰ ਸਕਣ,
ਤੁਸੀਂ ਆਪਣੀ ਸਮਰੱਥ ਬਖਸ਼ੋ ਉਹਨਾਂ ਲੋਕਾਂ ਦੇ ਉੱਤੇ ਮੇਰੇ ਪਿਤਾ ਪਰਮੇਸ਼ਵਰ ਜੀ, ਇਸ ਗੁਨਾਹ ਦੇ ਵਿੱਚੋਂ ਉਹਨਾਂ ਨੂੰ ਛੁੱਟਣ ਦੇ ਵਿੱਚ ਉਹਨਾਂ ਦੀ ਮਦਦ ਕਰੋ, ਹਰੇਕ ਤਰ੍ਹਾਂ ਦੇ ਵਿਚਾਰ 'ਚੋਂ ਨਿਕਲਣ ਦੇ ਵਿੱਚ ਉਹਨਾਂ ਦੀ ਮਦਦ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ, ਹਰੇਕ ਤਰ੍ਹਾਂ ਦੀ ਐਡਿਕਸ਼ਨ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਦੀ ਮਦਦ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ, ਹਰੇਕ ਤਰ੍ਹਾਂ ਦੇ ਬੁਰੇ ਵਿਚਾਰਾਂ ਦੇ ਵਿੱਚੋਂ ਨਿਕਲਣ ਦੇ ਲਈ ਉਹਨਾਂ ਦੀ ਮਦਦ ਕਰੋ ਮੇਰੇ ਪ੍ਰਭੂ ਜੀ। ਮੈਂ ਪ੍ਰਾਰਥਨਾ ਕਰਦੀ ਜਿਨ੍ਹਾਂ ਦੇ ਘਰਾਂ ਦੇ ਅੰਦਰ ਰਿਸ਼ਤਿਆਂ ਦੇ ਵਿੱਚ ਪਾਪ ਆ ਚੁੱਕਿਆ ਆ, ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਪਾਪ ਲੈ ਕੇ ਆਉਣ ਵਾਲਾ ਸਪਿਰਿਟ ਇਹਨਾਂ ਦੇ ਘਰਾਂ 'ਚੋਂ ਹਮੇਸ਼ਾ ਲਈ ਨਿਕਲ ਜਾਏ ਔਰ ਇਹਨਾਂ ਦੇ ਘਰ ਅਤੇ ਪਰਿਵਾਰ ਹਮੇਸ਼ਾ ਦੇ ਲਈ ਸ਼ੁੱਧ ਹੋ ਜਾਣ। ਔਰ ਪਿਤਾ ਪਰਮੇਸ਼ਵਰ, ਤੁਹਾਡੀ ਪਵਿੱਤਰਤਾ ਹੀ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਠਹਿਰੇ ਮੇਰੇ ਪਿਤਾ ਪਰਮੇਸ਼ਵਰ ਜੀ। ਪ੍ਰਭੂ, ਅਸੀਂ ਸਭਨਾਂ ਗੱਲਾਂ ਦੇ ਵਿਖੇ ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ ਹਾਂ। ਹਰੇਕ ਪ੍ਰਕਾਰ ਦੇ ਉਹ ਦੁਸ਼ਟ ਆਤਮੇ ਜਿਹੜੇ ਸਾਨੂੰ ਪਰਮੇਸ਼ਵਰ ਦੇ ਵਿੱਚ ਅੱਗੇ ਵਧਣ ਤੋਂ ਰੋਕਦੇ ਆ, ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਉਹਨਾਂ ਨੂੰ ਝਿੜਕਦੇ ਹਾਂ, ਕਿਉਂਕਿ ਸਾਨੂੰ ਪਰਮੇਸ਼ਵਰ ਨੇ ਉਹਨਾਂ ਦੀ ਸਾਰੀ ਸ਼ਕਤੀ ਦੇ ਉੱਤੇ ਅਖਤਿਆਰ ਦਿੱਤਾ ਆ, ਔਰ ਅਸੀਂ ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਨੂੰ, ਉਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਨਿਕੰਮਿਆਂ ਕਰਦੇ ਹਾਂ, ਰੱਦ ਕਰਦੇ ਹਾਂ, ਔਰ ਉਹਨਾਂ ਨੂੰ ਹੁਕਮ ਦਿੰਦੇ ਹਾਂ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਨਿਕਲੋ ਅਤੇ ਸੁੱਕੀਆਂ ਉਜਾੜਾਂ ਥਾਵਾਂ ਦੇ ਵਿੱਚ ਜਾ ਪਾਓ, ਔਰ ਤੁਹਾਡੇ ਆਉਣ ਦੇ ਸਾਰੇ ਰਾਹਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਨਾਲ ਸੀਲ ਕਰ ਦਿੰਦੇ ਹਾਂ, ਔਰ ਤੁਸੀਂ ਵਾਪਸ ਸਾਡੀ ਜ਼ਿੰਦਗੀ ਦੇ ਵਿੱਚ ਆ ਨਹੀਂ ਸਕਦੇ, ਤੁਹਾਡਾ ਕੋਈ ਟਿਕਾਣਾ ਨਹੀਂ ਆ ਸਾਡੀ ਜ਼ਿੰਦਗੀ ਦੇ ਵਿੱਚ, ਕਿਉਂਕਿ ਸਾਨੂੰ ਪਰਮੇਸ਼ਵਰ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਨਾਲ ਮੁੱਲ ਖਰੀਦਿਆ ਆ, ਔਰ ਅਸੀਂ ਧੰਨਵਾਦ ਦੀਆਂ ਭੇਟਾਂ ਚੜਾਉਂਦੇ ਹਾਂ ਪਰਮੇਸ਼ਵਰ ਦੇ ਅੱਗੇ। ਪਿਤਾ ਪਰਮੇਸ਼ਵਰ ਜੀ, ਅਸੀਂ ਧੰਨਵਾਦ ਕਰਦੇ ਮੇਰੇ ਪ੍ਰਭੂ, ਸਾਡੀ ਜ਼ਿੰਦਗੀ ਦੇ ਵਿੱਚੋਂ ਧੰਨਵਾਦ ਦੀਆਂ ਭੇਟਾਂ ਨੂੰ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ। ਪਿਆਰੇ ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਅੱਜ ਦਿਨ ਭਰ ਮੇਰੇ ਪ੍ਰਭੂ ਜੀ, ਸਾਡੇ ਛੋਟੇ ਤੋਂ ਛੋਟੇ ਕੰਮ ਦੇ ਵਿੱਚ ਔਰ ਛੋਟੇ ਤੋਂ ਲੈ ਕੇ ਵੱਡੇ ਕੰਮ ਤੀਕਰ ਮੇਰੇ ਪਿਤਾ ਪਰਮੇਸ਼ਵਰ, ਤੁਹਾਡੀ ਮਰਜ਼ੀ ਸਾਡੀ ਜ਼ਿੰਦਗੀ ਦੇ ਵਿੱਚ ਪੂਰੀ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ, ਸਾਡੇ ਕੰਮਾਂ ਦੇ ਵਿੱਚ ਤੁਹਾਡੀ ਮਰਜ਼ੀ ਸ਼ਾਮਿਲ ਹੋਵੇ ਮੇਰੇ ਪਿਤਾ ਪਰਮੇਸ਼ਵਰ ਜੀ, ਔਰ ਜਿਸ ਤਰੀਕੇ ਦੇ ਨਾਲ ਮੇਰੇ ਪ੍ਰਭੂ ਜੀ ਤੁਸੀਂ ਚਾਹੁੰਦੇ ਹੋ, ਉਸੇ ਤਰੀਕੇ ਦੇ ਨਾਲ ਅਸੀਂ ਚੱਲੀਏ, ਉਸੇ ਤਰੀਕੇ ਦੇ ਨਾਲ ਅਸੀਂ ਵੇਖੀਏ ਸੁਣੀਏ ਮੇਰੇ ਪ੍ਰਭੂ, ਸਾਡੇ ਮਨ ਦੇ ਵਿਚਾਰਾਂ ਦੇ ਉੱਤੇ ਆਪਣਾ ਕਬਜ਼ਾ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ, ਸਾਡੇ ਜ਼ਹਿਨ ਦੀਆਂ ਸੋਚਾਂ ਦੇ ਉੱਤੇ ਤੁਸੀਂ ਆਪਣਾ ਕਬਜ਼ਾ ਕਰੋ ਮੇਰੇ ਪ੍ਰਭੂ, ਸਾਡੇ ਕੰਮਾਂ ਦੇ ਉੱਤੇ ਆਪਣੀ ਮੋਹਰ ਲਗਾ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ, ਸਾਨੂੰ ਆਪਣੇ ਸੱਚੇ ਆਨੰਦ ਦੇ ਨਾਲ ਭਰ ਦਿਓ ਮੇਰੇ ਪ੍ਰਭੂ, ਸਾਨੂੰ ਆਪਣੀ ਸੱਚੀ ਸ਼ਾਂਤੀ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ, ਆਪਣੇ ਅਨੁਗ੍ਰਹਿ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਵਰ ਜੀ, ਆਪਣੇ ਵਚਨ ਦੇ ਮਕਾਸ਼ਵਿਆਂ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਜੀ, ਆਪਣੇ ਆਤਮਾ ਦੇ ਵਿੱਚੋਂ ਆਪਣੇ ਆਤਮਾ ਨੂੰ ਵਹਾ ਦਿਓ ਮੇਰੇ ਪਿਤਾ ਪਰਮੇਸ਼ਵਰ, ਆਪਣੇ ਲੋਕਾਂ ਦੇ ਉੱਤੇ ਮੇਰੇ ਪ੍ਰਭੂ ਜੀ, ਜਿਹੜੇ ਲੋਕ ਹੋਰਾਂ ਜ਼ਬਾਨਾਂ ਦੇ ਵਿੱਚ ਬੋਲਣਾ ਚਾਹੁੰਦੇ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਜੀ, ਤੁਹਾਡੇ ਗਿਫਟ ਉਹਨਾਂ ਦੇ ਉੱਤੇ ਓਪਰੇਟ ਹੋਏ ਮੇਰੇ ਪਿਤਾ ਪਰਮੇਸ਼ਵਰ ਜੀ, ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਬਖਸ਼ੋ ਮੇਰੇ ਪ੍ਰਭੂ ਜੀ, ਦੁਸ਼ਟ ਆਤਮਿਆਂ ਨੂੰ ਕੱਢਣ ਦੀਆਂ ਦਾਤਾਂ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ, ਹੋਰਾਂ ਜ਼ਬਾਨਾਂ ਵਿੱਚ ਬੋਲਣਾ ਅਤੇ ਉਹਨਾਂ ਜ਼ਬਾਨਾਂ ਦਾ ਤਰਜਮਾ ਕਰਨ ਦੀਆਂ ਦਾਤਾਂ ਬਖਸ਼ੋ ਮੇਰੇ ਪ੍ਰਭੂ ਜੀ, ਵਚਨ ਦਾ ਪ੍ਰਚਾਰ ਕਰਨਾ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ, ਰੂਹਾਂ ਦਾ ਪਛਾਣ ਕਰਨਾ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ, ਆਪਣੇ ਵਰਦਾਨਾਂ ਦੇ ਵਿੱਚੋਂ ਵਰਦਾਨ ਬਖਸ਼ੋ ਮੇਰੇ ਪਿਤਾ ਪਰਮੇਸ਼ਵਰ ਜੀ, ਆਉਣ ਵਾਲੇ ਸਮੇਂ ਦੇ ਭੇਤ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕਰੋ ਮੇਰੇ ਪਿਤਾ ਪਰਮੇਸ਼ਵਰ ਜੀ, ਤੁਹਾਡਾ ਆਤਮਾ ਤੁਹਾਡੇ ਲੋਕਾਂ ਦੇ ਨਾਲ ਜਦੋਂ ਗੱਲ ਕਰਦਾ ਆ ਮੇਰੇ ਪਿਤਾ ਪਰਮੇਸ਼ਵਰ ਜੀ, ਉਹ ਸਮਝ ਸਕਣ ਕਿ ਕਿਸ ਵੇਲੇ ਪਰਮੇਸ਼ਵਰ ਦਾ ਆਤਮਾ ਗੱਲ ਕਰ ਰਿਹਾ, ਔਰ ਉਸ ਆਵਾਜ਼ ਨੂੰ ਉਹ ਸੁਣ ਸਕਣ, ਉਸ ਆਵਾਜ਼ ਨੂੰ ਉਹ ਆਪਣੇ ਅੰਦਰ ਰੱਖ ਸਕਣ, ਔਰ ਵੈਰੀ ਦੀ ਕੋਈ ਵੀ ਤਾਕਤ ਉਹਨਾਂ ਸ਼ਬਦਾਂ ਨੂੰ ਜਿਹੜੇ ਪਰਮੇਸ਼ਵਰ ਦੇ ਵੱਲੋਂ ਭੇਜੇ ਜਾ ਰਹੇ ਆ ਚੋਰੀ ਨਾ ਕਰ ਸਕੇ, ਵੈਰੀ ਸਾਡੀਆਂ ਚੰਗੀਆਂ ਸੋਚਾਂ ਦੀ ਚੋਰੀ ਨਾ ਕਰ ਸਕੇ, ਵੈਰੀ ਸਾਡੇ ਚੰਗੇ ਸਮੇਂ ਦੀ ਚੋਰੀ ਨਾ ਕਰ ਸਕੇ, ਸਗੋਂ ਅਸੀਂ ਵੈਰੀ ਦੀ ਹਰੇਕ ਉਸ ਚਾਲ ਨੂੰ ਰੱਦ ਕਰਦੇ ਜਿਹੜੀ ਉਹ ਸਾਡੇ ਅਗੇਂਸਟ ਕਰਦਾ ਆ, ਕਿਉਂਕਿ ਵਚਨ ਦੇ ਵਿੱਚ ਲਿਖਿਆ ਹਰ ਉਹ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਜਾਵੇ ਉਹ ਨਿਕੰਮਾ ਹੋਊਗਾ। ਸੱਚਮੁੱਚ ਚਾਹੇ ਉਹ ਬਿਮਾਰੀ ਦੇ ਰਾਹੀਂ ਹਥਿਆਰ ਵਰਤਦਾ ਆ, ਚਾਹੇ ਉਹ ਆਪਣੀਆਂ ਚਾਲਾਂ ਦੇ ਰਾਹੀਂ ਹਥਿਆਰ ਵਰਤਦਾ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਹਥਿਆਰ ਵਰਤਦਾ, ਚਾਹੇ ਉਹ ਹਥਿਆਰ ਦੇ ਰੂਪ 'ਚ ਸਾਡੇ ਕਿਸੇ ਭੈਣ ਭਰਾ ਨੂੰ ਜਾਂ ਕਿਸੇ ਸਾਡੇ ਨਗਰ ਦੇ ਕਿਸੇ ਵੀ ਵਿਅਕਤੀ ਨੂੰ ਖੜਿਆ ਕਰਦਾ ਆ, ਅਸੀਂ ਉਹਦੇ ਸਾਰੇ ਹਥਿਆਰਾਂ ਨੂੰ ਨਿਕੰਮਿਆਂ ਕਰਦੇ ਹਾਂ, ਔਰ ਅਸੀਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਔਰ ਉਹਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਫਤਿਹਮੰਦ ਹੁੰਦੇ ਹਾਂ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ ਹਾਂ। ਆਓ ਮੇਰੇ ਪਿਤਾ ਪਰਮੇਸ਼ਵਰ ਜੀ, ਪਿਤਾ ਪਰਮੇਸ਼ਵਰ, ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਪਿਤਾ ਪਰਮੇਸ਼ਵਰ ਆਪਣਾ ਕੰਨ ਲਾਓ ਮੇਰੇ ਪਿਤਾ ਪਰਮੇਸ਼ਵਰ ਜੀ, ਔਰ ਜਿੱਦਾਂ ਯਸਾਇਆ ਦੀ ਕਿਤਾਬ ਦੇ ਵਿੱਚ ਲਿਖਿਆ ਹੈ, ਅਸੀਂ ਉਸ ਵਰਡ ਨੂੰ ਕਲੇਮ ਕਰਦੇ ਹਾਂ, ਯਸਾਇਆ 61 ਨੂੰ ਅਸੀਂ ਪੜ੍ਹਦੇ ਹਾਂ, ਵਚਨ ਦੇ ਵਿੱਚ ਲਿਖਿਆ, ਪ੍ਰਭੂ ਯਹੋਵਾ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਯਹੋਵਾ ਨੇ ਮੈਨੂੰ ਮਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਸ ਮੈਨੂੰ ਘੱਲਿਆ ਹੈ ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨਾਂ ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁੱਲ੍ਹਣ ਦਾ ਪ੍ਰਚਾਰ ਕਰਾਂ, ਭਈ ਮੈਂ ਯਹੋਵਾ ਦੇ ਮਨ ਪਾਉਂਦੇ ਵਰੇ ਦਾ ਅਤੇ ਸਾਡੇ ਪਰਮੇਸ਼ਵਰ ਦੇ ਬਦਲਾ ਲੈਣ ਦੇ ਦਿਨ ਦਾ ਪ੍ਰਚਾਰ ਕਰਾਂ ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ, ਭਈ ਸਿਓਨ ਦੇ ਸੋਗੀਆਂ ਲਈ ਇਹ ਕਰਾਂ ਉਹਨਾਂ ਨੂੰ ਸਵਾਹ ਦੇ ਥਾਂ ਸੇਰਾ, ਸੋਗ ਦੇ ਥਾਂ ਖੁਸ਼ੀ ਦਾ ਤੇਲ, ਨਿੰਮੇ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖਸ਼ਾਂਗਾ, ਅਤੇ ਉਹ ਧਰਮ ਦੇ ਬਲੂਤ ਯਹੋਵਾ ਦੇ ਲਾਏ ਹੋਏ ਸਦਾਉਣਗੇ, ਭਈ ਉਸ ਦੀ ਸਜਾਵਟ ਹੋਵੇ, ਉਹ ਪ੍ਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਉਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਉਹ
ਅਤੇ ਉਹਨਾਂ ਦੇ ਮਾਲ ਮਤੇ ਉੱਤੇ ਅਭਿਮਾਨ ਕਰੋਗੇ, ਤੁਹਾਡੀ ਲਾਜ ਦੇ ਥਾਂ ਦੁੱਗਣਾ, ਬੇਪਤੀ ਦੇ ਥਾਂ ਉਹ ਆਪਣੇ ਹਿੱਸੇ ਵਿੱਚ ਮੌਜ ਮਾਣਨਗੇ। ਇਸ ਲਈ ਉਹ ਆਪਣੇ ਦੇਸ਼ ਵਿੱਚ ਦੁੱਗਣੇ ਉੱਤੇ ਕਬਜ਼ਾ ਕਰਨਗੇ, ਉਹਨਾਂ ਨੂੰ ਸਦੀਪਕ ਆਨੰਦ ਹੋਵੇਗਾ। ਮੈਂ ਯਹੋਵਾ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਤੋਂ ਬੁਰਿਆਈ ਸਣੇ ਘਿਣ ਕਰਦਾ ਹਾਂ। ਮੈਂ ਉਹਨਾਂ ਨੂੰ ਸੱਚਾਈ ਨਾਲ ਉਹਨਾਂ ਦਾ ਵੱਟਾ ਦਿਆਂਗਾ, ਮੈਂ ਉਹਨਾਂ ਦੇ ਨਾਲ ਇੱਕ ਅਨੰਤ ਨੇਮ ਬੰਨਾਂਗਾ, ਉਹਨਾਂ ਦੀ ਅੰਸ਼ ਕੌਮਾਂ ਵਿੱਚ ਅਤੇ ਉਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ। ਉਹਨਾਂ ਦੇ ਸਾਰੇ ਵੇਖਣ ਵਾਲੇ ਸਿਆਣਨਗੇ ਭਈ ਉਹ ਯਹੋਵਾ ਦੀ ਮੁਬਾਰਕ ਅੰਸ ਹੈ। ਮੈਂ ਯਹੋਵਾ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਜੀ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ, ਕਿਉਂ ਜੋ ਉਸ ਮੈਨੂੰ ਮੁਕਤੀ ਦੇ ਵਸਤਰ ਪੁਆਏ, ਉਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ, ਜਿਵੇਂ ਲਾੜਾ ਸਿਹਰੇ ਨਾਲ ਆਪ ਨੂੰ ਸਵਾਰਦਾ ਅਤੇ ਲਾੜੀ ਆਪਣੇ ਗਹਿਣਿਆਂ ਨਾਲ ਆਪ ਨੂੰ ਸਿੰਗਾਰਦੀ ਹੈ। ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ ਅਤੇ ਬਾਗ ਬੀਆਂ ਨੂੰ ਉਪਜਾਉਂਦਾ ਹੈ, ਤਿਵੇਂ ਪ੍ਰਭੂ ਯਹੋਵਾ ਧਰਮ ਅਰ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ। ਹਾਲੇਲੂਇਆ। ਸਰਵ ਸ਼ਕਤੀਮਾਨ ਪਿਤਾ ਪਰਮੇਸ਼ੁਰ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਇਸ ਵਚਨ ਦੇ ਲਈ, ਔਰ ਅਸੀਂ ਯਕੀਨ ਕਰਦੇ ਹਾਂ ਇਹ ਵਚਨ ਸਾਡੀ ਜ਼ਿੰਦਗੀ ਦੇ ਵਿੱਚ ਵੀ ਪੂਰਾ ਹੁੰਦਾ ਆ। ਔਰ ਮੇਰੇ ਪ੍ਰਭੂ ਜੀ, ਅਸੀਂ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ, ਅਸੀਂ ਯਕੀਨ ਕਰਦੇ ਹੋ ਚੰਗੀਆਂ ਖੁਸ਼ਬੂਆਂ ਦੇ ਨਿਆਈ ਤੁਹਾਡੀ ਹਜ਼ੂਰੀ ਦੇ ਵਿੱਚ ਪਹੁੰਚ ਚੁੱਕੀਆਂ ਆ, ਔਰ ਸਾਡੇ ਲਈ ਉੱਤਰ ਲੈ ਕੇ ਆ ਰਹੀਆਂ ਆ। ਔਰ ਅੱਜ ਦਾ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮੁਬਾਰਕ ਦਿਨ ਆ, ਅੱਜ ਦਾ ਦਿਨ ਸਾਡੀ ਛੁਟਕਾਰੇ ਦਾ ਦੇਣਿਆ, ਅੱਜ ਦਾ ਦਿਨ ਸਾਡੀ ਸ਼ਿਫਾ ਦਾ ਦੇਣਿਆ, ਅੱਜ ਦਾ ਦਿਨ ਸਾਡੀ ਖੁਸ਼ੀ ਦਾ ਦੇਣਿਆ। ਅੱਜ ਦੇ ਦਿਨ ਵਿੱਚ ਸਾਡੇ ਸਾਰੇ ਫਿਕਰ ਬੋਝ ਮੁੱਕ ਗਏ, ਅੱਜ ਦੇ ਦਿਨ ਵਿੱਚ ਸਾਡੇ ਸਾਰੇ ਦੁੱਖ ਮੁੱਕ ਗਏ, ਅੱਜ ਦਾ ਦਿਨ ਦੇ ਵਿੱਚ ਅਸੀਂ ਇੱਕ ਨਵੇਂ ਲੈਵਲ ਦੇ ਉੱਤੇ ਪਹੁੰਚ ਗਏ ਹਾਂ, ਇੱਕ ਨਵੇਂ ਆਤਮਕ ਲੈਵਲ ਦੇ ਉੱਤੇ ਪਹੁੰਚ ਗਏ। ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਦੂਤ ਤੁਹਾਡੇ ਲੋਕਾਂ ਦੇ ਰਾਹਾਂ ਦੇ ਵਿੱਚ ਨਿਗਹਿਬਾਨ ਹੁੰਦੇ ਆ, ਔਰ ਹਰ ਖਤਰੇ ਮੁਸੀਬਤ ਤੋਂ, ਹਰੇਕ ਪ੍ਰਕਾਰ ਦੀ ਸੱਟ ਪੇਟ ਤੋਂ ਬਚਾ ਕੇ ਰੱਖਦੇ, ਹਰੇਕ ਐਕਸੀਡੈਂਟ ਖੌਫ ਖਤਰੇ ਤੋਂ ਬਚਾ ਕੇ ਰੱਖਦੇ ਆ, ਚੋਰਾਂ ਠੱਗਾਂ ਡਾਕੂਆਂ ਤੋਂ ਬਚਾ ਕੇ ਰੱਖਦੇ ਆ, ਵੈਰੀ ਦੀ ਸਾਰੀ ਤਾਕਤ ਤੋਂ ਉਹ ਸਾਨੂੰ ਬਚਾਉਂਦੇ ਆ, ਔਰ ਯਹੋਵਾ ਦਾ ਦੂਤ ਉਹਦੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ, ਔਰ ਹਰ ਬੁਰੀ ਬੁਲਾ ਤੋਂ ਬਚਾਉਂਦਾ ਆ। ਯਹੋਵਾ ਦਾ ਨਾਮ ਇੱਕ ਪੱਕਾ ਬੁਰਜ ਆ, ਧਰਮੀ ਭੱਜ ਕੇ ਉਹਦੇ ਵਿੱਚ ਵੜਦਾ ਅਤੇ ਬਚਿਆ ਰਹਿੰਦਾ ਆ। ਪ੍ਰਭੂ, ਮੈਂ ਇਸ ਪੱਕੇ ਬੁਰਜ, ਯਹੋਵਾ ਨਾਮੀ ਪੱਕੇ ਬੁਰਜ ਦੇ ਵਿੱਚ ਆਪਣੇ ਪਰਿਵਾਰ ਦੇ ਸਮੇਤ, ਔਰ ਇਸ ਪੂਰੀ ਟੀਮ ਦੇ ਸਮੇਤ ਜਿਹੜੀ ਇਸ ਪ੍ਰਾਰਥਨਾ ਨੂੰ ਸੁਣ ਰਹੀ ਆ, ਇਸ ਪੱਕੇ ਬੁਰਜ ਦੇ ਵਿੱਚ ਆਉਂਦੀ ਹਾਂ, ਔਰ ਅਸੀਂ ਸਭੇ ਤੁਹਾਡੀ ਕਿਰਪਾ ਦੇ ਨਾਲ, ਤੁਹਾਡੇ ਜਲਾਲ ਦੇ ਨਾਲ, ਤੁਹਾਡੀ ਸਮਰੱਥ ਦੇ ਨਾਲ ਆਉਣ ਵਾਲੀਆਂ ਤਬਾਹੀਆਂ ਤੋਂ ਅਤੇ ਨਰਕ ਦੀ ਭਿਆਨਕ ਅੱਗ ਤੋਂ ਬਚਾਏ ਜਾਂਦੇ। ਅਸੀਂ ਪ੍ਰਭੂ ਤੁਹਾਡਾ ਧੰਨਵਾਦ, ਤੁਹਾਡੀ ਮਹਿਮਾ ਅਤੇ ਵਡਿਆਈ ਕਰਦੇ। ਆਓ ਪ੍ਰਭੂ, ਸਾਡੀਆਂ ਪ੍ਰਾਰਥਨਾਵਾਂ ਦੇ ਉੱਤੇ ਕੰਨ ਲਾਓ, ਸਾਡੀਆਂ ਬੇਨਤੀਆਂ ਨੂੰ ਸਵੀਕਾਰ ਕਰੋ। ਸਾਰੀ ਪ੍ਰਾਰਥਨਾ ਬੇਨਤੀ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਿੰਦਾ ਨਾਮ ਦੇ ਵਿੱਚ ਸਾਰੇ ਮਿਲ ਕੇ ਪਿਤਾ ਪਰਮੇਸ਼ਵਰ ਜੀ ਦੇ ਕੋਲੋਂ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 0182 5 16 7 77।